ਦੋ ਦਿਨ ਪਹਿਲਾਂ ਲੁਧਿਆਣਾ ਟਾਈਮਸ ਵੱਲੋਂ ਇੱਕ ਖਬਰ ਜਿਹੜੀ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਗੋਆ ਵਾਂਗ ਲੁਧਿਆਣਾ ਦੇ ਵਿੱਚ ਵੀ ਜਿਹੜਾ ਕਿਸੀਨੋ ਉਹ ਖੁੱਲ੍ਹ ਚੁੱਕਿਆ, ਜਿੱਥੇ ਰੋਜ਼ ਲੱਖਾਂ ਕਰੋੜਾਂ ਦੀ ਜਿੱਤ ਹਾਰ ਜਿਹੜੀ ਹੈ ਉਹ ਖੇਡੀ ਜਾਂਦੀ ਹੈ। ਸੋ ਬਿਲਕੁਲ ਹੀ ਇਲੀਗਲ ਤੌਰ 'ਤੇ ਇਹ ਜਿਹੜਾ ਕੈਸੀਨੋ ਚਲਾਇਆ ਜਾਂਦਾ ਸੀ, ਜਿਸ 'ਤੇ ਬੀਤੇ ਦਿਨ ਕਾਰਵਾਈ ਜਿਹੜੀ ਆ ਉਹ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ। ਸੋ ਦੁਵਿਧਾ ਦੇ ਵਿੱਚ ਅਸੀਂ ਇਸ ਕਰਕੇ ਰਿਪੀਟ ਸੋ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਪੁਲਿਸ ਵੱਲੋਂ ਕਾਰਵਾਈ ਤਾਂ ਕਰ ਦਿੱਤੀ ਗਈ ਹੈ। ਥਾਣਾ PAU ਦੇ ਵਿੱਚ ਇੱਕ ਮਾਮਲਾ ਜਿਹੜਾ ਵਰੁਣ ਬੱਗਾ ਨਾਮ ਦੇ ਸ਼ਖਸ ਦੇ ਉੱਪਰ ਦਰਜ ਕੀਤਾ ਜਾਂਦਾ, ਜੋ ਮਾਲਕ ਦੱਸਿਆ ਜਾ ਰਿਹਾ ਇਸ ਕੈਸੀਨੋ ਦਾ, ਆਪਣੇ ਫਾਰਮ ਹਾਊਸ ਦੇ ਉੱਪਰ ਇਹ ਹਾਈ ਪ੍ਰੋਫਾਈਲ ਲੋਕਾਂ ਨੂੰ ਬੁਲਾਉਂਦਾ ਸੀ ਔਰ ਜਿੱਥੇ ਇਹ ਕੈਸੀਨੋ ਜਿਹੜਾ ਚਲਾਇਆ ਜਾਂਦਾ ਸੀ ਔਰ ਲੱਖਾਂ ਕਰੋੜਾਂ ਦੀ ਹਾਰ ਜਿੱਤ ਰੋਜ਼ ਨਿਰਧਾਰਿਤ ਕੀਤੀ ਜਾਂਦੀ ਸੀ। ਸੋ ਜਿਹੜੀ FIR ਦਰਜ ਹੋਈ ਹੈ ਥਾਣਾ PAU ਦੇ ਵਿੱਚ ਦਰਜ ਹੋਈ ਹੈ, ਪਰ PAU ਦੇ ਜਿਹੜੇ SHO ਨੇ ਉਹ ਸਾਫ਼ ਤੌਰ 'ਤੇ ਇਨਕਾਰ ਕਰ ਰਹੇ ਨੇ ਇਸ ਬਾਬਤ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਲੁਧਿਆਣਾ ਵੈਸਟ ਦੇ ਜਿਹੜੇ ACP ਨੇ ਉਹਨਾਂ ਦੇ ਨਾਲ ਫੋਨ 'ਤੇ ਗੱਲ ਕੀਤੀ ਗਈ, ਉਹਨਾਂ ਨੇ ਸਾਫ਼ ਤੌਰ 'ਤੇ ਮਨਾ ਕਰ ਦਿੱਤਾ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਇੱਕ ਹਾਈ ਪ੍ਰੋਫਾਈਲ ਕੇਸ ਜਿਹੜਾ ਸਾਹਮਣੇ ਆਇਆ, ਕਿਉਂਕਿ ਲੁਧਿਆਣਾ ਟਾਈਮਸ ਲਗਾਤਾਰ ਅਜਿਹੇ ਅੰਸਰਾਂ ਨੂੰ ਉਹਨਾਂ ਦਾ ਪਰਦਾਫਾਸ਼ ਕਰਦਾ ਔਰ ਤੁਹਾਡੇ ਸਾਹਮਣੇ ਇਹ ਜਿਹੜੀ ਖਬਰ ਹੈ ਸਾਂਝੀ ਕੀਤੀ ਗਈ, ਔਰ ਹੁਣ ਪੁਲਿਸ ਵੱਲੋਂ ਕਾਰਵਾਈ ਤਾਂ ਕੀਤੀ ਗਈ ਹੈ ਪਰ ਪੁਲਿਸ ਇਸ ਬਾਰੇ ਕੁਝ ਵੀ ਪੁਖਤਾ ਤੌਰ 'ਤੇ ਜਾਣਕਾਰੀ ਸਾਹਮਣੇ ਨਹੀਂ ਲਿਆ ਰਹੀ ਹੈ। ਸੋ ਦੱਸਿਆ ਜਾ ਰਿਹਾ ਕਿ ਜਿਹੜੀ ਸਪੋਟ ਦੇ ਉੱਪਰ ਕੈਸੀਨੋ